ਲੱਗਦਾ ਨਹੀਂ ਅਗਰ ਅਸਤੀਫਾ ਨਾ ਦਿੱਤਾ ਇਹਨਾਂ ਨੇ ਤੇ ਇਲੈਕਸ਼ਨ ਪ੍ਰਭਾਵਿਤ ਹੋ ਸਕਦੀ ਹੈ। ਉਹ ਜਿਹੜਾ ਇਹ ਭਗਵੰਤ ਮਾਨ ਹੈ ਨਾ ਬੜਾ ਸ਼ਰਾਰਤੀ ਕਿਸਮ ਦਾ ਬੰਦਾ, ਇਹਨੂੰ ਪਤਾ ਹੈ ਸਾਰੀ ਹਰਨੇ ਤੇ ਇਹਨੂੰ ਐ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰੀ ਜਾਣ, ਮੁੜ ਕੇ ਇਹਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਨ ਹੀ ਨਹੀਂ ਕਰਦੇ ਤਾਂ ਹਾਰ ਗਏ ਸਾਰੇ, ਇਹਨਾਂ ਦੀ ਇਹਨੇ ਅਸਤੀਫਾ ਲੈ ਲੈਣਾ ਸਭ ਦਾ। ਚਲੋ ਤੁਸੀਂ ਚਾਹੁੰਦੇ ਹੋ, ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ, ਖੜ ਜੋ ਮਹੀਨੇ ਦੋ ਦੀ ਕਹਾਣੀ, ਅਸਤੀਫਾ ਤਾਂ ਦੇਣਾ ਪੈਣਾ ਹੀ ਹੈ ਇਹਨਾਂ ਨੂੰ। ਜੇਕਰ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਡੇ ਮੁੱਦੇ ਉਠਾਣਗੇ, ਪਰ ਅੱਜ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ? ਆਪਸੀ ਰੰਜਿਸ਼ਬਾਜ਼ੀਆਂ ਜਾਂ ਆਪਸੀ ਨੁਕਤਾਚੀ, ਉਹ ਥੋੜਾ ਭਾਂਜਾ ਤੇ ਮਾਮੀ ਭਾਂਜਾ ਸਭ ਕੁਝ ਚੱਲੀ ਜਾਂਦਾ ਜੀ। ਉਹ ਥੋੜਾ ਥੋੜੀ ਵੀ ਮਿਹਰਬਾਨੀ ਉਹਦੇ 'ਚ, ਤੁਸੀਂ ਵੀ ਸਿੱਧੀ ਖਬਰ ਲਾ ਕੇ ਰਾਜੀ ਨਹੀਂ ਚਾਹੀਦੀ, ਤੁਸੀਂ ਸਵਾਲ ਉਹੋ ਜਿਹੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਵਾਹਵਾ ਸਵਾਦ ਲਈ ਜਾਂਦੇ ਹੋ, ਉਹ ਖਬਰਾਂ ਲੱਗ ਜਾਂਦੀਆਂ ਚਾਹੀਦਾ ਤਾਂ ਨਹੀਂ। ਸੀਐਮ ਮਾਨ ਸਾਹਿਬ ਜਿਹੜੇ ਨੇ ਉਹਨਾਂ ਦਾ ਵੇਖ ਚਿਹਰਾ ਉੱਤਰ ਗਿਆ, ਕਹਿੰਦੇ ਨੇ ਕਿ ਮੈਂ ਦਿੱਲੀ ਗਿਆ ਸੀ ਤੇ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਨੀ ਸੀ, ਸ਼ੀਸ਼ਾ ਬੜਾ ਗੰਦਾ ਸੀਗਾ ਵਿੱਚੋਂ ਦੀ ਗੱਲ ਨਹੀਂ ਸੀ ਕਲੀਅਰ ਹੋ ਰਹੀ ਤੇ ਟੈਲੀਫੋਨ 'ਤੇ ਉਹਨਾਂ ਗੱਲ ਕਰਾਈ ਹੈ, ਤੇ ਇੱਦਾਂ ਲੱਗਦਾ ਕਿ ਜਿੱਦਾਂ ਸੀਐਮ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ, ਇਹ ਕਹਿਣਾ ਉਹਨਾਂ ਦਾ ਤੁਸੀਂ ਕੀ? ਨਹੀਂ ਵੇਖੋ, ਮਾਨ ਸਾਹਿਬ ਦੀ ਗੱਲ ਬਾਹਲੀ ਗੰਭੀਰਤਾ ਨਾਲ ਨਾ ਲਿਆ ਕਰੋ, ਸ਼ੀਸ਼ਾ ਉਹਨਾਂ ਨੇ ਆਪਦਾ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵੇਲੇ ਸ਼ੀਸ਼ੇ ਦੀ ਗੱਲ ਕਰਦੇ, ਕਿਉਂਕਿ ਵੈਸੇ ਉਹਨਾਂ ਦਾ ਸ਼ੀਸ਼ੀ ਨਾਲ ਬੜਾ ਪਿਆਰ, ਇਸ ਲਈ ਆਪਾਂ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਜੀ। ਹਾਂਜੀ, ਉਹ ਮੇਰਾ ਵੀ ਕੋਈ ਪਤਾ ਨਹੀਂ, ਤੁਸੀਂ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਸੇਲ ਕਿੰਨੀ ਵੱਧ ਗਈ ਹੈ, ਇਹ ਮਾਨ ਸਾਹਿਬ ਦੀ ਬਦੌਲਤ ਹੀ ਆ। ਸਕੂਲ ਤਾਂ ਖੁੱਲ੍ਹਿਆ ਨਹੀਂ, ਕਾਲਜ ਖੁੱਲ੍ਹਿਆ ਨਹੀਂ, ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈੱਡ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆ ਅਤੇ ਕਹਿੰਦੇ ਜਿਹੜਾ ਅਸੀਂ ਹੈਲਥ ਦਾ ਇਨਕਲਾਬ ਲਿਆਵਾਂਗੇ। ਦੇਖੋ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ, ਤੁਸੀਂ ਹਾਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ, ਬੇਸਿਕ ਅਮੈਨਿਟੀਜ਼ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ, ਕੋਈ ਬਦਲਾਵ ਹੈ? ਇਸ ਲਈ ਬਦਲਾਵ ਦੇ ਨਾਂ 'ਤੇ ਲੋਕਾਂ ਨਾਲ ਫਰੋਡ ਕਰਨ ਵਾਲਾ ਚਿਹਰਾ ਭਗਵੰਤ ਮਾਨ ਹੈ, ਔਰ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਹੋ, ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ 'ਤੇ ਕਹਿੰਦਾ ਇਹ ਭਾਜਪਾ ਦਾ ਟਾਊਟ। ਥੈਂਕ ਯੂ।